ਅਸੀਂ ਮੋਦੀ ਨਗਰ ਰਹਿੰਦੇ ਸੀ ਦਿੱਲੀ ਦੇ ਕੋਲ ਹੀ ਗਾਜ਼ੀਆਬਾਦ ਦੇ ਕੋਲ ਹੀ ਮੋਦੀ ਨਗਰ ਅਸੀਂ ਉੱਥੇ ਸੀਗੇ ਬਸ ਰੇਡੀਓ ਤੇ ਟੀਵੀ ਤੇ ਖਬਰਾਂ ਹੀ ਸੁਣਦੇ ਸੀ ਉਦੋਂ ਨਹੀਂ ਕੁਝ ਵੀ ਹੋਇਆ ਉਸ ਤੋਂ ਬਾਅਦ ਹੀ ਹੋਇਆ ਤਿੰਨ ਦਿਨ ਲਗਾਤਾਰ ਹੁੰਦਾ ਰਿਹਾ ਫਿਰ ਸਾਡੇ ਬੱਚੇ ਸੀਗੇ ਦੋ ਮੇਰੇ ਬੇਟੇ ਸੀਗੇ ਉਹਨਾਂ ਸਿੱਖ ਸੀਗੇ ਉਸ ਵੇਲੇ ਉਹਨਾਂ ਦੇ ਵੀ ਵਾਲ ਕੱਟਣੇ ਪਏ ਉਸ ਵੇਲੇ ਮੇਰੇ ਹਸਬੈਂਡ ਨੇ ਵੀ ਵਾਲ ਕੱਟੇ ਉਸ ਵੇਲੇ ਫਿਰ ਮੇਰੀ ਬੇਟੀਆਂ ਸੀਗੀਆਂ ਉਹ ਸਾਡੇ ਗੁਆਂਢ ਸੀਗੇ ਸਾਡੇ ਰਿਸ਼ਤੇਦਾਰ ਤਾਂ ਨਹੀਂ ਸੀ ਵੈਸੇ ਫਰੈਂਡਸ਼ਿਪ ਸੀਗੀ ਉਹਨਾਂ ਦੇ ਘਰ ਰਹੀਆਂ ਹੈ ਨਾ ਬਹੁਤ ਹਾਰਡ ਟਾਈਮ ਦੇਖਿਆ ਉਹ ਤਿੰਨ ਦਿਨ ਅਸੀਂ ਆਪਣੇ ਕਮਰਿਆਂ 'ਚ ਬੰਦ ਰਹੇ ਸੀਗੇ ਉਸ ਤੋਂ ਬਾਅਦ ਫਿਰ ਪੁਲਿਸ ਨੇ ਆ ਕੇ ਸਾਨੂੰ ਧਰਮਸ਼ਾਲਾ 'ਚ ਲੈ ਕੇ ਗਏ ਸੀ ਸਰਦਾਰਾਂ ਨੂੰ ਮਾਰ ਰਹੇ ਸੀਗੇ ਉਹ ਸਾਡੇ ਕਲੋਨੀ ਦੇ ਵਿੱਚ 5-6 ਘਰ ਸੀਗੇ ਸਰਦਾਰਾਂ ਦੇ ਉਹਨਾਂ ਨੂੰ ਕਾਫੀ ਮਾਰਿਆ ਇੱਕ ਸਿਰਫ ਸਾਡਾ ਘਰ ਬਚਿਆ ਸੀਗਾ ਜਿੱਥੇ ਸਾਡੇ ਗੁਆਂਢੀਆਂ ਨੇ ਸਾਨੂੰ ਬਚਾਇਆ ਕਿ ਇਹ ਇੱਥੇ ਕੋਈ ਸਰਦਾਰ ਨਹੀਂ ਰਹਿੰਦਾ ਬਾਕੀਆਂ ਨੂੰ ਸਾਰਿਆਂ ਨੂੰ ਕੁੱਟਮਾਰ ਬਹੁਤ ਕੀਤੀ ਉਹਨਾਂ ਦੀ ਦਾੜੀਆਂ ਤੱਕ ਉਹਨਾਂ ਦੀਆਂ ਉਹਨਾਂ ਨੇ ਮਤਲਬ ਬਹੁਤ ਬੁਰਾ ਹਾਲ ਕੀਤਾ ਉਹਨਾਂ ਬੱਚਿਆਂ ਨੇ ਵੀ ਮਾਰਿਆ ਹੈ ਨਾ ਸਾਡਾ ਘਰ ਸਾਡੇ ਗੁਆਂਢੀਆਂ ਨੂੰ ਸਾਨੂੰ ਬਚਾ ਦਿੱਤਾ ਸਾਡੇ ਥੱਲੇ ਬਾਹਮਣ ਰਹਿੰਦੇ ਸੀਗੇ ਉਹਨਾਂ ਨੇ ਕਹਿਤਾ ਵੀ ਇੱਥੇ ਕੋਈ ਉਹਨਾਂ ਨੇ ਜਿਹੜੇ ਹੱਲਾ ਕਰਨ ਵਾਲੇ ਆਉਂਦੇ ਸੀਗੇ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੋਈ ਸਰਦਾਰ ਰਹਿੰਦਾ ਉਹਨਾਂ ਨੇ ਕਹਿਤਾ ਨਹੀਂ ਇੱਥੇ ਕੋਈ ਨਹੀਂ ਰਹਿੰਦਾ ਉਹਨਾਂ ਨੇ ਸਾਡੀ ਮਦਦ ਕੀਤੀ ਜਾਂ ਫਿਰ ਤਿੰਨ ਦਿਨਾਂ ਬਾਅਦ ਲਗਾਤਾਰ ਅਸੀਂ ਉੱਥੇ ਕਮਰੇ 'ਚ ਬੰਦ ਰਹੇ ਆਪਣੇ 'ਚ ਉਸ ਤੋਂ ਬਾਅਦ ਜਾ ਕੇ ਸਾਨੂੰ ਪੁਲਿਸ ਆ ਕੇ ਉਹ ਲੈ ਕੇ ਗਈ ਸਾਰਿਆਂ ਨੂੰ ਮੋਦੀ ਨਗਰ 'ਚ ਇੱਕ ਧਰਮਸ਼ਾਲਾ ਸੀਗੀ ਉੱਥੇ ਸਾਰਿਆਂ ਪੰਜਾਬੀਆਂ ਨੂੰ ਉੱਥੇ ਰੱਖਿਆ ਉਹਨਾਂ ਨੇ ਅਸੀਂ ਤਿੰਨ ਦਿਨ ਉੱਥੇ ਰਹੇ ਉੱਥੇ ਬਸ ਇਸ ਤਰ੍ਹਾਂ ਸੀ ਜਿੱਦਾਂ ਧਰਮਸ਼ਾਲਾ ਸਾਰੇ ਪਏ ਹੈਗੇ ਆ ਬਸ ਉੱਥੇ ਖਾਣ ਪੀਣ ਨੂੰ ਬਾਹਰੋਂ ਹੀ ਆ ਰਿਹਾ ਸੀਗਾ ਹੈ ਨਾ ਬਹੁਤ ਹਾਰਡ ਸੀ ਬੱਚਿਆਂ ਕੁੜੀਆਂ ਸੀ ਜਵਾਨ ਸਾਡੀਆਂ ਕੋਲ ਹੀ ਸੀਗੀਆਂ ਬਹੁਤ ਹਾਰਡ ਟਾਈਮ ਦੇਖਿਆ ਵਾਪਸ ਸਾਨੂੰ ਘਰਾਂ 'ਚ ਭੇਜ ਦਿੱਤਾ ਗਿਆ ਪਰ ਘਰਾਂ 'ਚ ਆ ਵੀ ਅਸੀਂ ਆਪ ਨੂੰ ਸੇਫ ਨਹੀਂ ਸੀ ਸਮਝਦੇ ਜਵਾਨ ਕੁੜੀਆਂ ਸੀਗੀਆਂ ਫਿਰ ਵੀ ਬੱਚੇ ਸਾਰੇ ਸੀਗੇ ਤਾਂ ਫਿਰ ਬੜਾ ਹਾਰਡ ਟਾਈਮ ਦੇਖਿਆ ਸਲੂਕ ਤਾਂ ਹੁੰਦਾ ਹੀ ਸੀਗਾ ਜਿਹੜਾ ਕੋਈ ਮਿਲਦੇ ਸੀ ਕੁੜੀਆਂ ਨੂੰ ਫੜ ਕੇ ਲੈ ਜਾਂਦੇ ਹੁੰਦੇ ਸੀ ਹੈ ਨਾ ਹੋਰ ਵੀ ਉਹਨਾਂ ਨੇ ਕਾਫੀ ਉੱਥੇ ਅੱਗਾ ਉੱਗਾ ਲਾਈਆਂ ਕਾਫੀ ਬੰਦੇ ਮਰੇ ਉੱਥੇ ਮਤਲਬ ਉਸ ਤੋਂ ਬਾਅਦ ਅਸੀਂ ਤਾਂ ਕਾਫੀ ਦੇਰ ਰਹੇ ਹਾਂ ਉੱਥੇ 84 ਦੇ ਵਿੱਚ ਹੀ ਮੇਰੀ ਬੇਟੀ ਦੀ ਵੱਡੀ ਨੇ ਵਿਆਹ ਸੀਗਾ ਉਹਦਾ ਦਸੰਬਰ ਨੂੰ ਉਹਨੇ ਇੱਥੇ ਇੰਗਲੈਂਡ ਆਉਣਾ ਸੀਗਾ ਅਸੀਂ ਪੁਲਿਸ ਦੀ ਮਦਦ ਦੇ ਨਾਲ ਉਹਨੂੰ ਫਿਰ ਏਅਰਪੋਰਟ ਛੱਡ ਕੇ ਗਏ ਸੀਗੇ ਜਾਂ ਦਸੰਬਰ ਨੂੰ ਉਹ ਆਈ ਆ ਇੰਗਲੈਂਡ ਉਹਨੂੰ ਜੇ ਚੜਾਉਣ ਅਸੀਂ ਗਏ ਆ ਤਾਂ ਮੇਰੇ ਭਰਾ ਦਿੱਲੀ ਰਹਿੰਦੇ ਸੀਗੇ ਉਹਨਾਂ ਨੇ ਉੱਥੋਂ ਪੁਲਿਸ ਦੀ ਫੋਰਸ ਕੀਤੀ ਉਹ ਸਾਨੂੰ ਨਾਲ ਲੈ ਕੇ ਫਿਰ ਛੱਡ ਕੇ ਆਏ ਅਸੀਂ ਏਅਰਪੋਰਟ 'ਤੇ ਨਹੀਂ ਗੱਲ ਤਾਂ ਹੁੰਦੀ ਰਹੀ ਆ ਗੱਲ ਤਾਂ ਹੋਣੀ ਆ ਪਰ ਉਹ ਟਾਈਮ ਨਹੀਂ ਨਾ ਭੁੱਲਦਾ ਬੱਚਿਆਂ ਨੂੰ ਵੀ ਬੱਚੇ ਉਦੋਂ ਦੇ ਉਹਨਾਂ ਨੇ ਵਾਲ ਹੀ ਨਹੀਂ ਆਪਣੇ ਰੱਖੇ ਹੈ ਨਾ ਮੁੜ ਕੇ ਵਾਲ ਹੀ ਨਹੀਂ ਮੇਰੇ ਹਸਬੈਂਡ ਨੇ ਬਾਅਦ 'ਚ ਰੱਖ ਲਏ ਸੀਗੇ ਜਾਂ ਉਹਨਾਂ ਦੀ ਹੁਣ ਡੈਥ ਹੋ ਚੁੱਕੀ ਆ ਪਰ ਬੱਚਿਆਂ ਨੇ ਅੱਜ ਤਾਂ ਵਾਲ ਨਹੀਂ ਰੱਖੇ ਖੌਫਨਾਕ ਹੁੰਦਾ ਹੀ ਆ ਉਹ ਜਦੋਂ ਸੀਨ ਦੇਖਦੇ ਸੀ ਅਸੀਂ ਅੱਗਾ ਲਾਉਂਦੇ ਸੀਗੇ ਜਿੱਦਾਂ ਸਾਡੇ ਸਾਹਮਣੇ ਕੋਠੀਆਂ ਨੂੰ ਅੱਗਾ ਲਾਤੀਆਂ ਸਾਡੇ ਸਾਹਮਣੇ ਦੁਕਾਨਾਂ ਵਾਲੇ ਨੂੰ ਸਰਦਾਰ ਜਿੰਨੇ ਵੀ ਸੀਗੇ ਮੋਦੀ ਨਗਰ 'ਚ ਸਾਰਿਆਂ ਨੂੰ ਮਾਰਿਆ ਉਹਨਾਂ ਨੇ ਉਹ ਦਿਨ ਨਹੀਂ ਨਾ ਭੁੱਲਦੇ ਕਿਉਂ ਹੋਇਆ ਇਹ ਤਾਂ ਹੁਣ ਪਰਮਾਤਮਾ ਜਾਣਦਾ ਇੰਦਰਾ ਨੂੰ ਮਾਰਿਆ ਉਸ ਤੋਂ ਬਾਅਦ ਇਹ ਸਭ ਕੁਛ ਹੋਇਆ ਜਾਂ ਫਿਰ ਆਪਣੇ ਹਰਿਮੰਦਰ ਸਾਹਿਬ ਉਹਨਾਂ ਨੇ ਅਟੈਕ ਕੀਤਾ ਹੈ ਨਾ ਇਨਸਾਫ ਤਾਂ ਮਿਲਣਾ ਨਹੀਂ ਹੈਗਾ ਇੱਥੇ ਕਦੇ ਵੀ ਹੈ ਨਾ ਇਨਸਾਫ ਜੋ ਚਾਹੀਦਾ ਸੀ ਉਹ ਤਾਂ ਮਿਲ ਨਹੀਂ ਰਿਹਾ ਲੋਕਾਂ ਦੇ ਕਈਆਂ ਦੇ ਬੱਚੇ ਮਰੇ ਉਹਨਾਂ ਦੇ ਸਾਹਮਣੇ ਬੱਚੇ ਮਰੇ ਉਹਨਾਂ ਦੇ ਹਸਬੈਂਡ ਮਰੇ ਪੂਰਾ ਖਾਨਦਾਨ ਉਹਨਾਂ ਦਾ ਖਤਮ ਹੋ ਗਿਆ ਉਹਨਾਂ ਨੂੰ ਕੀ ਇਨਸਾਫ ਮਿਲਿਆ ਹੈ ਨਾ ਅਸੀਂ ਤਾਂ ਖੈਰ ਉਹ ਫਿਰ ਵੀ ਬਚੇ ਰਹੇ ਥੋੜ੍ਹਾ ਜਿਹਾ ਅਸੀਂ ਤਾਂ ਉਹ ਹਾਸਾ ਹੁੰਦਾ ਹੀ ਦੇਖਿਆ ਨਾ ਬੜਾ ਹਾਰਡ ਟਾਈਮ ਦੇ ਬੱਚਿਆਂ ਨਾਲ ਕੱਟਿਆ ਖਾਸ ਕਰ ਕੁੜੀਆਂ ਦੇ ਨਾਲ ਹੈ ਨਾ ਉੱਥੇ ਤਾਂ ਮਾਹੌਲ ਹੀ ਕੁਛ ਇੱਦਾਂ ਦਾ ਸੀਗਾ ਮਾਹੌਲ ਬਾਰੇ ਹੁਣ ਕੀ ਦੱਸੀਏ ਕੁਛ ਨਹੀਂ ਕਹਿ ਸਕਦੀ ਮੈਂ ਤਾਂ